ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆਪਣੇ ਯੂਟਿਊਬ ਚੈਨਲ ਦੇ ਉੱਤੇ ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਬਾਈ ਚੰਡੀਗੜ੍ਹ ਦਾ ਮਸ਼ਹੂਰ 9 ਸੈਕਟਰ ਦਾ ਪਰੌਂਠਾ ਅਤੇ ਨਾਲ ਡਾਲਗੋਨਾ ਕੌਫੀ ਅਤੇ ਬੜੀ ਮਸ਼ਹੂਰ ਹੈ ਬਾਈ ਜਾ ਕੇ ਦੇਖਦੇ ਹਾਂ ਫਸਟ ਟਾਈਮ ਕਰਨਾ ਪਹਿਲੀ ਵਾਰ ਟਰਾਈ ਕਰਨ ਲੱਗੇ ਹਾਂ ਨਾਲੇ ਜਾਂਦੇ ਹਾਂ ਤੁਹਾਨੂੰ ਦਿਖਾਉਂਦੇ ਕੀ ਰੇਟ ਹੈ ਅਤੇ ਬਾਕੀ ਬਾਈ ਸਵੇਰੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਨਿਕਲ ਗਏ ਇੱਧਰ ਬਿਨਾਂ ਹੈਲਮਟਾਂ ਤੋਂ ਸਪਲੈਂਡਰ ਆਪਣਾ ਲੱਗੇ ਹੋਏ ਅਸੀਂ ਲੈ ਗਏ ਹਾਂ ਹੁਣ ਰਿਸਕ 'ਤੇ ਦੇਖਦੇ ਹਾਂ ਕਿਆ ਰਾਜ ਚੱਲਦਾ ਗਿਆ ਨਹੀਂ ਬਾਕੀ ਚੱਲਦੇ ਹਾਂ ਲੋਕੇਸ਼ਨ 'ਤੇ ਜਾ ਕੇ ਫਿਰ ਤੁਹਾਨੂੰ ਮਿਲਦੇ ਹਾਂ ਫਿਰ ਰੇਟ ਰੂਟ ਦੱਸਾਂਗੇ ਕੀ ਪ੍ਰਾਈਜ਼ਿੰਗ ਹੈ ਕੀ ਸਾਰਾ ਕੁਛ ਕਿਹੋ ਜਿਹੀ ਟੇਸਟ ਹੈ ਹੁਣ ਚੱਲਦੇ ਹਾਂ ਬਸ ਰਸਤੇ 'ਚ ਜਾ ਰਹੇ ਹਾਂ ਸਿੱਧਾ ਹੁਣ ਜਾ ਕੇ ਲੋਕੇਸ਼ਨ 'ਤੇ ਟੱਕਰਦੇ ਹਾਂ ਲਓ ਵੀ ਬਾਈ ਫਾਈਨਲੀ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ 'ਤੇ ਅਤੇ ਆਪਾਂ ਪਹੁੰਚੇ ਬਾਈ ਸੈਕਟਰ 9 ਤੁਹਾਨੂੰ ਲੈਂਡਮਾਰਕ ਦਿਖਾ ਦਿੰਦਾ ਸੈਕਟਰ 9 ਜਿਹੜਾ ਕਾਓ ਬੋਏ ਕਲੱਬ ਹੈ ਨਾ ਸਮੋਲ ਫਾਈਨਾਂਸ ਬੈਂਕ ਆ ਉਹ ਸਾਹਮਣੇ ਉਹ ਦੇਖੋ ਕਾਓ ਬੋਏ ਕਲੱਬ ਉਹਦੇ ਸਾਹਮਣੇ ਆ ਪਰੌਂਠਿਆਂ ਵਾਲਾ ਬਹੁਤ ਮਸ਼ਹੂਰ ਆ ਬਾਈ ਰੀਲਾਂ 'ਤੇ ਤੁਸੀਂ ਦੇਖਿਆ ਹੀ ਹੋਣਾ ਕਾਫੀ ਫੇਮਸ ਹੋਇਆ ਹੋਇਆ ਅਤੇ ਪਰੌਂਠੇ ਪਰੌਂਠੇ ਅਤੇ ਪਰੌਂਠੇ ਅਤੇ ਇੱਕ ਕੌਫੀ ਇਹਦੀ ਬਹੁਤ ਫੇਮਸ ਆ ਇਹਦਾ ਮੈਨਿਊ ਦਿਖਾ ਦਿੰਦੇ ਤੁਹਾਨੂੰ ਬਾਹਲਾ ਮਹਿੰਗਾ ਨਹੀਂ ਹੈ ਸਸਤਾ ਰੀਜ਼ਨੇਬਲ ਪ੍ਰਾਈਜ਼ ਹੈ ਬਾਦਲੂ ਸ਼ਾਊ ਟੀ ਸਟਾਲ ਚੈੱਕ ਕਰੋ ਬਾਈ ਪਰੌਂਠੇ 20 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਵੱਧ ਤੋਂ ਵੱਧ 45 ਰੁਪਏ ਤੱਕ ਆ ਬਸ ਫਿਰ ਉਸ ਤੋਂ ਬਾਅਦ ਕੌਫੀ ਆ ਚਾਹ ਸ਼ੁਰੂ ਹੋ ਜਾਂਦੀਆਂ 15 ਤੋਂ ਲਾਸਟ ਬਸ 70 ਰੁਪਏ ਆ ਚੈੱਕ ਕਰੋ ਬਾਈ ਇਹਦੇ ਮੈਨਿਊ ਵੀ ਬਹੁਤ ਸਹੀ ਹੈ ਅਤੇ ਬਾਕੀ ਬਾਈ ਨੇ ਪੂਰਾ ਹਾਈਜੀਨ ਲੈਵਲ ਮੇਨਟੇਨ ਕੀਤਾ ਹੋਇਆ ਸਾਫ਼ ਸਫਾਈ ਪੂਰੀ ਹੈ ਕਰੋ ਚੈੱਕ ਬਾਈ ਲਓ ਬਾਈ ਚੈੱਕ ਕਰੋ ਇੱਕ ਵਾਰ ਚਾਰ ਚਾਰ ਪਰੌਂਠੇ ਇੱਕ ਵਾਰ 'ਚ ਬਾਈ ਬਣਾਉਂਦੇ ਆ ਉਰੇ ਚਾਰ ਅਲੱਗ ਅਲੱਗ ਤਵੇ ਲਾਏ ਹੋਏ ਇਹਨਾਂ ਨੇ ਅਤੇ ਬਹੁਤ ਹਾਈਜੀਨ ਲੈਵਲ ਮੇਨਟੇਨ ਕੀਤਾ ਹੋਇਆ ਦੇਖੋ ਫੀਲਿੰਗ ਵੀ ਐਨ ਸਾਫ਼ ਸੁਥਰੀ ਆ ਉਰੇ ਸਭ ਕੁਛ ਮਤਲਬ ਸਾਫ਼ ਸੁਥਰਾ ਬ੍ਰੇਕਫਾਸਟ ਵਾਸਤੇ ਬਹੁਤ ਸਹੀ ਜਗ੍ਹਾ ਅਤੇ ਬਾਕੀ ਬਾਈ ਇਹਨਾਂ ਨੇ ਜਿਹੜੀ ਉਹ ਦਿੰਦੇ ਆ ਕੌਫੀ ਉਹ ਨੈਸਕੈਫੇ ਵਾਲੇ 'ਚ ਦਿੰਦੇ ਆ ਉਹ ਨੈਸਕੈਫੇ ਵਾਲੇ ਕੱਪ ਜਦੋਂ ਆਊਗੀ ਫਿਰ ਤੁਹਾਨੂੰ ਦਿਖਾਵਾਂਗੇ ਅਤੇ ਦੁੱਧ ਵੀ ਬਾਈ ਵੇਰਕਾ ਬਾਈ ਯੂਜ਼ ਕਰਦੇ ਹਾਂ ਅਤੇ ਬਾਕੀ ਆਉਂਦਾ ਜਦੋਂ ਔਡਰ ਫਿਰ ਖਾਂਦੇ ਹਾਂ ਫਿਰ ਤੁਹਾਨੂੰ ਦੱਸਦੇ ਹਾਂ ਟੇਸਟ ਕਿਹੋ ਜਿਹਾ ਲਓ ਬਾਈ ਇੱਕ ਵਾਰ ਪਰੌਂਠੇ ਦਾ ਬੇਸ ਚੈੱਕ ਕਰਿਓ ਕਿਸ ਹਿਸਾਬ ਨਾਲ ਬਾਈ ਭਰ ਭਰ ਕੇ ਫੀਲਿੰਗ ਕਰਦੇ ਆ ਆਪਣੀ ਗੋਭੀ ਵਾਲੀ ਫੀਲਿੰਗ ਬਾਈ ਨੇ ਪਾਈ ਅਤੇ ਉੱਧਰ ਪਰੌਂਠੇ ਥੜਾ ਥੜ ਲੱਗੀ ਜਾ ਰਹੇ ਆ ਇੱਕ ਵੀ ਤਵਾ ਵਿਹਲਾ ਨਹੀਂ ਹੈ ਬਹੁਤ ਮਸ਼ਹੂਰ ਆ ਬਾਈ ਇਹਨਾਂ ਦੀ ਪਰੌਂਠੇ ਅਤੇ ਇੱਕ ਡਾਲਗੋਨਾ ਕੌਫੀ ਬਹੁਤ ਸਵਾਦ ਹੁੰਦੀ ਕਹਿੰਦੇ ਅਤੇ ਇੱਧਰ ਦੇਖਦੇ ਹਾਂ ਟਰਾਈ ਕਰਕੇ ਆਪ ਹੈ ਕਿ ਨਹੀਂ ਇੰਨੀ ਜਿੰਨੀ ਕੁ ਫੇਮਸ ਹੈ ਉਸ ਹਿਸਾਬ ਨਾਲ ਟੇਸਟ ਹੈਗਾ ਕਿ ਨਹੀਂ ਉਸ ਹਿਸਾਬ ਨਾਲ ਪਰਥਿਡ ਹੈ ਜਗ੍ਹਾ ਜਾਂ ਨਹੀਂ ਅਤੇ ਬਾਕੀ ਮੁੰਡੇ ਬੈਠੇ ਆ ਵੇਟ ਕਰ ਰਹੇ ਆਪਣੇ ਔਡਰ ਦਾ ਦੇਖਦੇ ਹਾਂ ਬਾਈ ਹੁਣ ਤੋ ਬਾਈ ਹੁਣ ਕੌਫੀ ਦੀ ਮੇਕਿੰਗ ਦੇਖਿਓ ਬਾਈ ਨੇ ਗਲਾਸ ਸਜਾ ਤੇ ਉਹ ਸਾਹਮਣੇ ਉਹਦੇ ਵਿੱਚ ਡਾਲਗੋਨਾ ਕੌਫੀ ਬਣਾਉਂਦੇ ਆ ਸਮੈਸ਼ ਕਰਕੇ ਅਤੇ ਬਾਕੀ ਦੇਖਦੇ ਹਾਂ ਹੁਣ ਮੇਕਿੰਗ ਜਿਹੜੀ ਕੌਫੀ ਦੀ ਲਓ ਜੀ ਸਜਾ ਤੇ ਗਲਾਸ ਅਤੇ ਉੱਧਰ ਜਿਹੜਾ ਮਟੀਰੀਅਲ ਕੌਫੀ ਵਾਲਾ ਬਣਾਇਆ ਹੁੰਦਾ ਡਾਲਗੋਨਾ ਮੈਚ ਕਰਕੇ ਹੁਣ ਉਹ ਪਾਊਗੇ
ਕਰੋ ਬਈ ਚੈੱਕ, ਇਹਦੀ ਟੇਸਟਿੰਗ ਕਰਕੇ ਦੇਖਾਂਗੇ ਹੁਣ ਅੱਜ। ਰੀਲਾਂ 'ਚ ਤਾਂ ਬਹੁਤ ਦੇਖਿਆ, ਚੰਗੀ ਤਰ੍ਹਾਂ ਮਿਕਸ। ਲਓ ਬਈ ਆਹਾਏ ਕੌਫੀ ਜਿਹੜੀ 9 ਸੈਕਟਰ ਦੀ ਮਸ਼ਹੂਰ ਹੈ ਚੰਡੀਗੜ੍ਹ ਦੀ, ਕਮੈਂਟ ਕਰਕੇ ਦੱਸੋ ਕਿਹਨੇ ਕਿਹਨੇ ਇਹ ਟਰਾਈ ਕੀਤੀ ਹੋਈ ਹੈ। ਅਤੇ ਆਹ ਲੋਕੇਸ਼ਨ 'ਤੇ ਆਏ ਹੋਏ ਹਾਂ, ਇੱਕ ਵਾਰ ਫਿਰ ਤੁਹਾਨੂੰ ਲੋਕੇਸ਼ਨ ਦੱਸ ਦਿੰਦੇ ਹਾਂ ਬਈ। ਉਹ ਸਾਹਮਣੇ ਕਾਓ ਬੋਆਏ ਕਲੱਬ ਹੈ, ਅਤੇ ਉਹ ਕਰੋ ਚੈੱਕ, ਉਹਦੇ ਬਿਲਕੁਲ ਸਾਹਮਣੇ ਓਪੋਜਿਟ ਸਾਈਡ ਬੈਠੇ ਆ। ਅਤੇ ਬਾਕੀ ਆ ਟਰਾਈ ਕਰਦੇ ਹਾਂ, ਪਰੌਂਠੇ ਆਪਣੇ ਆਉਂਦੇ ਆ, ਫਿਰ ਤੁਹਾਨੂੰ ਟੇਸਟਿੰਗ ਕਰਕੇ ਦੱਸਦੇ ਹਾਂ ਕਿਹੋ ਜੀ ਇਹਦੀ। ਲਓ ਵੀ ਪਰੌਂਠੇ ਵੀ ਆਪਣੇ ਆ ਗਏ ਆ, ਇੱਕ ਰਹਿ ਗਿਆ ਬਸ ਆਪਣਾ, ਫਿਰ ਆਉਂਦਾ ਫਿਰ ਟੇਸਟਿੰਗ ਕਰਦੇ ਹਾਂ। ਲਓ ਜੀ ਆਪਣਾ ਆ ਗਿਆ ਪਰੌਂਠਾ ਫਾਈਨਲੀ, ਅਤੇ ਚੈੱਕ ਕਰੋ ਬਹੁਤ ਵਧੀਆ ਕੁਆਲਿਟੀ ਸਟਫਿੰਗ ਸਟੁਫਿੰਗ ਐਨ ਪੂਰੀ ਵਧੀਆ ਤਰੀਕੇ ਨਾਲ ਬਈ ਅਮੂਲ ਦੀ ਇਹ ਦਿੰਦੇ ਆ ਬਟਰ। ਅਤੇ ਬਾਕੀ ਕੌਫੀ ਤੁਸੀਂ ਦੇਖ ਹੀ ਲਈ ਹੈ, ਇਹਦੀ ਮੇਕਿੰਗ ਵੀ ਦੇਖ ਲਈ ਹੈ, ਹੁਣ ਇਹਦੀ ਟੇਸਟਿੰਗ ਕਰਕੇ ਦੇਖਦੇ ਹਾਂ ਕਿਹੋ ਜੀ ਹੈ। ਲੈਣ ਆਪਣੇ ਤਿੰਨੇ ਲਾਗੇ ਪਰੌਂਠੇ ਅਤੇ ਚਾਹ ਕੌਫੀ, ਹੁਣ ਇਹਦੀ ਕਰਦੇ ਹਾਂ ਉਹ ਟੇਸਟਿੰਗ, ਫਿਰ ਤੁਹਾਨੂੰ ਦੱਸਦੇ ਹਾਂ ਕਿਹੋ ਜਿਹੀ ਹੈ ਬਈ। ਹੁਣ ਫਾਈਨਲੀ ਇਹਦੀ ਟੇਸਟਿੰਗ ਕਰਦੇ ਹਾਂ, ਦੇਖਦੇ ਹਾਂ ਕਿਹੋ ਜਿਹਾ ਇਹਦਾ ਟੇਸਟ ਹੈ। ਆਪਣਾ ਖੋਲਿਆ ਮੱਖਣ, ਚਟਨੀ ਸਾਈਡ ਪਾ, ਅਤੇ ਕੀ ਪਾਉਂਦੇ ਤੂੰ ਕਰਾ ਚੱਲਿਆ ਸੀ ਉਹੀ ਕੰਮ ਹੋ ਜਾਣਾ ਵਾ। ਅਤੇ ਬਈ ਆਪਣੀ ਕਰਦੇ ਹਾਂ ਬਾਈਟ ਤਿਆਰ, ਦਹੀਂ ਕਰੀ ਇੱਧਰ ਨੂੰ ਰੱਖ 2 ਮਿੰਟ। ਲਓ ਬਈ ਆਪਣੀ ਬਾਈਟ ਹੋ ਰਹੀ ਹੈ ਤਿਆਰ, ਅਤੇ ਆ ਲਈ ਚਟਨੀ, ਇੱਧਰੋਂ ਲਾਇਆ ਦਹੀਂ, ਅਤੇ ਆਪਣੀ ਹੋ ਗਈ ਬਾਈਟ ਤਿਆਰ। ਦੇਖਦੇ ਹਾਂ ਕਿਹੋ ਜਿਹੀ ਟੇਸਟੀ ਹੈ। ਬਈ ਟੇਸਟ ਤਾਂ ਹੈਗਾ ਜਿਸ ਤਰੀਕੇ ਫੇਮਸ ਆ ਨਾ, ਅਤੇ ਜਗ੍ਹਾ ਵਰਥ ਹੀ ਤਾਂ ਇਹ, ਆਲ ਗੁੱਡ ਆ ਬਾਈ, ਆਲ ਗੁੱਡ ਆ ਟੇਸਟ 'ਤੇ ਐਨ ਇਕੱਲਾ ਇਕੱਲਾ ਮਤਲਬ ਪ੍ਰੋਪਰ ਟੇਸਟ ਆਉਂਦਾ, ਜੋ ਜੋ ਮਟੀਰੀਅਲ ਬਾਈ ਨੇ ਪਾਇਆ, ਲੂਣ ਮਿਰਚ ਮਸਾਲਾ ਪੂਰਾ ਬੈਲੈਂਸ ਨਹੀਂ ਆ, ਹਾਈਜੀਨ ਲੈਵਲ ਪੂਰਾ ਮੇਨਟੇਨ ਕੀਤਾ ਹੋਇਆ ਬਾਈ ਨੇ। ਬਾਕੀ ਇੱਕ ਵਾਰ ਪਰੌਂਠਾ ਖਾ ਲਈਏ, ਫਿਰ ਪੂਰੀ ਲੋਕੇਸ਼ਨ ਚੰਗੀ ਤਰ੍ਹਾਂ ਅਤੇ ਰੇਟ ਦੱਸਾਂਗੇ ਕੀ ਹੈ ਸਾਰਾ ਆਪਣੇ ਮੈਨਿਊ ਦਾ। ਹੁਣ ਕੌਫੀ ਦੀ ਕਰਦੇ ਹਾਂ ਟੇਸਟਿੰਗ, ਅਤੇ ਡਾਲਗੋਨਾ ਕੌਫੀ ਹੈ ਇਹ, ਅਤੇ ਨੋਰਮਲ ਕੌਫੀ ਨਹੀਂ ਆ। ਇਹਦੀ ਟੇਸਟਿੰਗ ਕਰਕੇ ਅਤੇ ਬਾਕੀ ਉਰੇ ਅੰਕਲ ਤੋਂ ਪੁੱਛਦੇ ਹਾਂ ਟਾਈਮਿੰਗ ਕੀ ਹੈ, ਕਿੰਨੇ ਵਜੇ ਆਉਂਦੇ ਹੋ ਅਤੇ ਕਿੰਨੇ ਵਜੇ ਤੱਕ ਰਹਿੰਦੇ ਹੋ। ਅਤੇ ਇਹਦੀ ਕਰਦੇ ਹਾਂ ਟੇਸਟਿੰਗ, ਅਤੇ ਚੈੱਕ ਕਰੋ ਇੱਕ ਵਾਰ, ਕੌਫੀ ਬਹੁਤ ਘੈਂਟ ਬਣਾਉਂਦੇ ਆ। ਐਂਡ ਸਟਰੋਂਗ ਅਤੇ ਵਧੀਆ ਟੇਸਟਿੰਗ ਆ ਬਈ ਕੌਫੀ ਦੀ, ਇਹ ਵੀ ਵਰਥ ਇਟ ਆ ਪੂਰੀ। ਬਾਕੀ ਬਈ ਇਹਨਾਂ ਤੋਂ ਟਾਈਮਿੰਗ ਪੁੱਛਦੇ ਹਾਂ, ਤੁਸੀਂ ਹਫ਼ਤੇ ਕਿਤਨੇ ਵਜੇ ਹੋ?
ਔਰ ਖਤਮ 7 ਵਜੇ ਚਲੋ ਬਾਈ ਚੱਲਦੇ ਹਾਂ ਅਤੇ ਹੁਣ ਤੁਹਾਨੂੰ ਇਹਨਾਂ ਦੀ ਟਾਈਮਿੰਗ ਦੱਸਦੇ ਹਾਂ 7-8 ਵਜੇ ਇਹ ਆ ਜਾਂਦੇ ਆ ਅਤੇ ਰਾਤੀ 7 ਵਜੇ ਤੱਕ ਰਹਿੰਦੇ ਆ ਇਹ ਅਤੇ ਬਾਕੀ ਹੁਣ ਚੱਲਦੇ ਹਾਂ ਘਰ ਨੂੰ ਘਰ ਜਾ ਕੇ ਮੈਂ ਕਰਦਾ ਫਿਰ ਪ੍ਰੋਪਰ ਇਹਦੀ ਉਹ ਵੀਡੀਓ ਨੂੰ ਐਂਡ ਲਓ ਵੀ ਬਾਈ ਫਾਈਨਲੀ ਆਪਾਂ ਆਪਣੇ ਘਰ ਪਹੁੰਚ ਗਏ ਸੇਫ ਚੰਡੀਗੜ੍ਹ ਤੋਂ ਬਾਈ ਚੰਡੀਗੜ੍ਹ ਤੋਂ ਮੋਡੀਫਾਈਡ ਚੀਜ਼ਾਂ ਕੱਢਣੀਆਂ ਬਹੁਤ ਔਖੀਆਂ ਅਤੇ ਪੁਲਿਸ ਵਾਲੇ ਸਵੇਰੇ ਹੀ ਖੜ੍ਹ ਜਾਂਦੇ ਆ ਪਰ ਫਾਈਨਲੀ ਨਿਕਲ ਆਏ ਸੇਫ ਅਤੇ ਬਾਕੀ ਕਰਦੇ ਹਾਂ ਹੁਣ ਵਾਲੇ ਵਲੋਗ ਨੂੰ ਖਤਮ ਅਤੇ ਤੁਹਾਨੂੰ ਦੱਸਦੇ ਹਾਂ ਬਾਈ ਕੀ ਪ੍ਰਾਈਜ਼ਿੰਗ ਆ ਕੀ ਲੋਕੇਸ਼ਨ ਆ ਅਤੇ ਬਾਈ 9 ਸੈਕਟਰ ਜਾਣਾ ਤੁਸੀਂ ਸਾਰਿਆਂ ਨੇ ਜੇ ਕਿਸੇ ਨੇ ਜਾਣਾ 9 ਸੈਕਟਰ ਜਿਹੜਾ ਕਾਊਬੋਏ ਨਾ ਕਾਊਬੋਏ ਦੇ ਬਿਲਕੁਲ ਓਪੋਜਿਟ ਸਾਈਡ ਹੈ ਅਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਜ਼ ਆ ਸਾਰੀਆਂ ਚੀਜ਼ਾਂ ਦਾ ਪਰੌਂਠਿਆਂ ਦਾ ਵੀ ਹਰ ਚੀਜ਼ ਦਾ ਅਤੇ ਟੇਸਟ ਵੀ ਹੈਗਾ ਬਾਈ ਵਰਥ ਇਟ ਹੈ ਜਗ੍ਹਾ ਜੇ ਫੇਮਸ ਹੈਗੀ ਹੈ ਨਾ ਤਾਂ ਫਿਰ ਟੇਸਟ ਵੀ ਹੈ ਟੇਸਟ ਕਰਕੇ ਫੇਮਸ ਹੈ ਅਤੇ ਕਈ ਚੀਜ਼ਾਂ ਕਿਆ ਹੁੰਦੀਆਂ ਫੇਮਸ ਹੁੰਦੀ ਹੈ ਬਾਹਲੀ ਹਾਈਪ ਜੀ ਕ੍ਰੀਏਟ ਕਰੀ ਹੁੰਦੀ ਹੈ ਪਰ ਟੇਸਟ ਟੂਸਟ ਹੁੰਦਾ ਨਹੀਂ ਕੁਆਲਿਟੀ ਨਹੀਂ ਵਧੀਆ ਹੁੰਦੀ ਬਸ ਉਈ ਵੈਸੇ ਵਾਇਰਲ ਹੋਈ ਹੁੰਦੀ ਹੈ ਜਨਤਾ ਜਾਈ ਜਾਂਦੀ ਹੈ ਅਤੇ ਕਿ ਟ੍ਰੈਂਡਿੰਗ 'ਤੇ ਚੱਲਦੀ ਹੁੰਦੀ ਆ ਉਹ ਸਪੋਟ ਤਾਂ ਕਰਕੇ ਅਤੇ ਜੇ ਇਹ ਟ੍ਰੈਂਡਿੰਗ 'ਤੇ ਚੱਲਦੀ ਪਈ ਹੈ ਅਤੇ ਫੇਮਸ ਹੈ ਅਤੇ ਬਈ ਕਿਸੇ ਕੁਆਲਿਟੀ ਕਰਕੇ ਫੇਮਸ ਹੈ ਅਤੇ ਬਾਕੀ ਬਈ ਉੱਥੇ ਜਿਹੜੀ ਪਰੌਂਠਿਆਂ ਦਾ ਪ੍ਰਾਈਜ਼ ਆਪਣਾ ਆਇਆ 30 ਰੁਪਏ ਦਾ ਦੂਸਰਾ ਗੋਭੀ ਵਾਲਾ ਪਰੌਂਠਾ ਸੀਗਾ ਅਤੇ 20-25 ਰੁਪਏ ਦਾ ਆਲੂ ਵਾਲਾ ਸੀਗਾ ਅਤੇ 40 ਰੁਪਏ ਦੀ ਕੌਫੀ ਹੈ ਅਤੇ ਹੌਟ ਕੋਲਡ ਹੈਗੀ 70 ਦੀ ਅਤੇ ਵਧੀਆ ਬਣਾਉਂਦੇ ਕੌਫੀ ਉਹ ਡਾਲਗੋਨਾ ਕੌਫੀ ਜਿਹੜੀ ਹੁੰਦੀ ਆ ਉਹ ਬਹੁਤ ਵਧੀਆ ਅਤੇ ਤਕਰੀਬਨ ਸਾਡਾ 300-300 ਰੁਪਏ ਖਰਚ ਆਇਆ 100-100 ਰੁਪਏ ਇੱਕ ਜਣੇ ਦਾ ਅਤੇ ਦਹੀਂ ਲਿਆ ਸੀਗਾ 25 ਰੁਪਏ ਦਾ ਦਹੀਂ ਹੈ 15 ਰੁਪਏ ਦੀ ਉਹ ਮੱਖਣ ਦੀ ਟਿੱਕੀ ਵੀ ਹੈ ਅਤੇ ਇਹ ਕਰਕੇ ਤਕਰੀਬਨ ਠੀਕ ਆ ਬਈ ਬਹੁਤ ਵਧੀਆ ਸਵਾਦ ਸੀਗਾ ਅਤੇ ਬਾਕੀ ਜਾਇਓ ਜਾ ਕੇ ਉੱਥੇ ਟਰਾਈ ਕਰਕੇ ਦੇਖਿਓ ਜਿਹੜਾ ਟਰਾਈ ਕਰ ਲੂਗਾ ਮੈਨੂੰ ਇੱਕ ਵਾਰ ਟੈਗ ਜ਼ਰੂਰ ਕਰ ਦਿਓ ਅਤੇ ਕਮੈਂਟ ਕਰਕੇ ਦੱਸਿਓ ਅਤੇ ਕਮੈਂਟ ਕਰਕੇ ਵੀ ਦੱਸਿਓ ਕਿਹਨੇ ਕਿਹਨੇ ਉੱਥੇ ਟਰਾਈ ਕੀਤਾ ਹੋਇਆ ਅਤੇ ਬਾਕੀ ਅਸੀਂ ਫੂਡ ਵਲੌਗ ਵੀ ਲੈ ਕੇ ਆਉਂਦੇ ਰਹਾਂਗੇ ਨਾਲੇ ਹੁਣ ਆਪਣੇ ਮੋਹਾਲੀ ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚ ਜਿਹੜੇ ਜਿਹੜੇ ਫੇਮਸ ਆ ਨਾ ਉਹ ਟਰਾਈ ਕਰਾਂਗੇ ਅਤੇ ਉਹ ਟਰਾਈ ਕਰਕੇ ਤੁਹਾਨੂੰ ਦੱਸਾਂਗੇ ਉਹ ਫੂਡ ਵਰਥ ਇਟ ਹੈ ਜਾਂ ਨਹੀਂ ਕਿ ਫੇਮਸ ਹੋਣ ਦੇ ਨਾਲ ਨਾਲ ਵਰਥ ਇਟ ਹੈਗੇ ਆ ਕਿ ਨਹੀਂ ਇਹ ਐਂ ਫੇਮਸ ਆ ਅਤੇ ਬਾਕੀ ਕਰਦੇ ਹਾਂ ਅੱਜ ਦੇ ਵਲੌਗ ਨੂੰ ਖਤਮ ਅਤੇ ਵੀਡੀਓ ਘੈਂਟ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਆਪਣੇ ਫੂਡੀ ਫਰੈਂਡਾਂ ਨੂੰ ਜਿਹੜੇ ਜਿਹੜੇ ਫੂਡੀ ਆ ਅਤੇ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਆ ਵਲੌਗ ਦੇ ਵਿੱਚ ਟਿਲ ਦੈਨ ਬੱਬਾ ਏ ਰੱਬ ਰੱਖਾ।